ਦਰਸ਼ਕੋ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਪੰਜਾਬ ਨਾਵਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਹਰਚੰਸਿੰਗ ਵਾਟਨ ਉਹਨਾਂ ਨਾਲ ਅੱਜ ਅਸੀਂ ਕਿਸਾਨ ਅੰਦੋਲਨ ਅਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਡਿਸਟ੍ਰਿਕਟ ਡਵੈਲਪਮੈਂਟ ਕਾਉਂਸਿਲਾਂ ਦੀਆਂ ਚੋਣਾਂ ਦੇ ਨਤੀਜੇ ਆ ਰਹੇ ਉਹਨਾਂ ਬਾਰੇ ਚਰਚਾ ਕਰਾਂਗੇ ਬਾਟ ਸਾਹਿਬ ਤੁਹਾਡਾ ਸਵਾਗਤ ਹੈ ਮੇਹਰਬਾਨੀ ਤੇ ਬਾਅਦ ਸਭ ਕੇਂਦਰ ਸਰਕਾਰ ਨੇ ਇੱਕ ਚਿੱਠੀ ਲਿਖੀ ਆ ਕਿਸਾਨਾਂ ਨੂੰ ਵੀ ਗੱਲਬਾਤ ਲਈ ਅੱਗੇ ਆਓ ਤੇ ਉਹਦੇ ਉੱਪਰ ਕਿਸਾਨਾਂ ਨੇ ਕਿਹਾ ਵੀ ਇਹਦੇ ਵਿੱਚ ਨਵੀਂ ਕੋਈ ਗੱਲ ਨਹੀਂ ਹੈਗੀ ਤੇ ਜਿੰਨਾ ਚ ਨਵੀਂ ਗੱਲ ਨਹੀਂ ਆਉਂਦੀ ਅਸੀਂ ਗੱਲਬਾਤ ਲਈ ਸਦਾ ਹੀ ਤਿਆਰ ਆ ਅਸੀਂ ਕਦੇ ਇਨਕਾਰ ਨਹੀਂ ਕੀਤਾ ਗੱਲਬਾਤ ਲਈ ਅਸੀਂ ਬੈਠੇ ਹੀ ਗੱਲਬਾਤ ਲਈ ਇੱਥੇ ਆ ਪਰ ਗੱਲ ਇਹ ਦੱਸੋ ਵੀ ਕਿੱਥੋਂ ਸ਼ੁਰੂ ਕਰੀਏ ਕਾਦੇ ਤੇ ਸ਼ੁਰੂ ਕਰੀਏ ਅਸੀਂ ਚਾਹੁੰਨੇ ਕਿ ਤਿੰਨੇ ਖੇਤੀ ਕਾਨੂੰਨ ਜਿਹੜੇ ਉਹ ਰੱਦ ਹੋਣੇ ਚਾਹੀਦੇ ਉਸ ਦੇ ਨਾਲ ਜਿਹੜਾ ਪਰਾਲੀ ਵਾਲਾ 1 ਕਰੋੜ ਜੁਰਮਾਨੇ ਵਾਲਾ ਉਹ ਵੀ ਰੱਦ ਹੋਣਾ ਚਾਹੀਦਾ ਤੇ ਇਸ ਦੇ ਨਾਲ ਸੰਭਾਵੀ ਜਿਹੜਾ ਬਿਜਲੀ ਬਿੱਲ ਆ ਉਹ ਵੀ ਰੱਦ ਹੋਣਾ ਚਾਹੀਦਾ ਤੇ ਮਾਮਲਾ ਜਿਹੜਾ ਤਿੰਨਾਂ ਖੇਤੀ ਬਿੱਲਾਂ ਦੇ ਉੱਪਰ ਅੜਿਆ ਹੋਇਆ ਤੇ ਇੱਕ ਪਾਸੇ ਕੇਂਦਰ ਸਰਕਾਰ ਇਹ ਦੱਸ ਰਹੀ ਹੈ ਕਿ ਇਹ ਤਿੰਨੇ ਖੇਤੀ ਕਾਨੂੰਨ ਜਿਹੜੇ ਆ ਲੋਕਾਂ ਲਈ ਖਾਸ ਕਰਕੇ ਕਿਸਾਨਾਂ ਲਈ ਬਹੁਤ ਲਾਹੇਵੰਦ ਨੇ ਉਹਨਾਂ ਨੂੰ ਆਪਣੀਆਂ ਚੀਜ਼ਾਂ ਜਿੰਨਸਾ ਵੇਚਣ ਦੀ ਖੁੱਲ ਮਿਲ ਗਈ ਉਹ ਦੇਸ਼ ਦੇ ਵਿੱਚ ਕਿਸੇ ਕੁੰਜੇ ਵਿੱਚ ਵੀ ਵੇਚ ਸਕਣ ਉਹਦੇ ਬਾਰੇ ਕਿਸਾਨਾਂ ਦਾ ਕਹਿਣਾ ਵੀ ਖੁੱਲ ਤਾਂ ਪਹਿਲਾਂ ਹੀ ਸੀਗੀ ਪਰ ਸਾਡੇ ਚ ਵੇਚ ਕਿੰਨੇ ਸਕਦੇ ਆ ਮਤਲਬ ਦੇਖ ਦੀ 86% ਕਿਸਾਨਾਂ ਦੀ ਜਿਹੜੀ ਵਸੋਂ ਆ ਉਹ 5 ਏਕੜ ਤੋਂ ਘੱਟ ਆ ਉਹ ਦਾ ਮੁਸ਼ਕਲ ਇਹਨਾਂ ਮੰਡੀਆਂ 'ਚ ਹੀ ਲੈ ਕੇ ਆਉਂਦੇ ਆ ਮਤਲਬ ਕਈ ਤਰ੍ਹਾਂ ਦੇ ਸਵਾਲ ਉਹਨਾਂ ਪੁੱਛੇ ਉਹਨਾਂ ਕਹੇ ਜੇ ਤੇ ਉੱਪਰ ਮੰਡੀ ਵਾਲਾ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਆ ਜੇ ਐਡਾ ਹੀ ਸਹੀ ਹੁੰਦਾ ਤਾਂ ਜਿਹੜਾ ਬਿਹਾਰ ਆ ਜਿੱਥੇ ਤੁਹਾਡੀ ਆਪਣੀ ਸਰਕਾਰ ਆ ਉੱਥੇ ਝੋਨੇ ਦੀ ਫਸਲ 1100 ਰੁਪਏ ਕਵਾਂਟਲ ਕਿਉਂ ਵੇਕੀ ਜਿੱਥੇ ਭਾਅ ਵੱਜਾ ਹੋਇਆ ਮਿਨੀਮਮ ਸਪੋਰਟ ਪ੍ਰਾਈਸ ਆ ਉੱਥੇ 1850 ਮਿਲੀ ਆ ਤੇ ਤੁਸੀਂ ਇਹ ਜਿਹੜਾ APMC ਐਕਟ ਤੋੜ ਕੇ ਕਿੱਧਰ ਨੂੰ ਲੈ ਕੇ ਜਾਣਾ ਚਾਹੁੰਦੇ ਆ ਇਹ ਇੱਕ ਤਰ੍ਹਾਂ ਦਾ ਇਸ ਵੇਲੇ ਕਿਸਾਨਾਂ ਤੇ ਕੇਂਦਰ ਸਰਕਾਰ ਵੇਲੇ ਡੈਡਲੌਕ ਬਣਿਆ ਹੋਇਆ ਤੇ ਕੇਂਦਰ ਸਰਕਾਰ ਨੇ ਮੇਰਾ ਖਿਆਲ ਕਈ ਤਰੀਕੇ ਨਾਲ ਇਸ ਅੰਦੋਲਨ ਦੇ ਬਾਰੇ ਤੂਮਤਾ ਉਜਾ ਲਾ ਕੇ ਕੋਸ਼ਿਸ਼ ਕੀਤੀ ਵੀ ਇਹਨੂੰ ਕਿਸਾਨਾਂ ਨੂੰ ਖਦੇੜਿਆ ਜਾ ਸਕੇ ਪਰ ਹੁਣ ਤੱਕ ਦੀਆਂ ਜਿੰਨੀਆਂ ਰਿਪੋਰਟਾਂ ਵੀ ਉੱਥੇ ਇਕੱਠ ਵਧਦਾ ਜਾ ਰਿਹਾ ਤੇ ਇਹ ਸਾਰੇ ਸਥਿਤੀ ਦੇ ਬਾਰੇ ਤੁਹਾਡੇ ਹੀ ਕਹਿਣਾ ਤੁਸੀਂ ਕੀ ਇਦੇ ਬਾਰੇ ਕਹਿਣਾ ਚਾਹੁੰਦਾ ਤੇ ਮੈਂ ਸਭ ਤੁਹਾਡਾ ਬਹੁਤ ਹੀ ਵਾਜਬ ਸਵਾਲ ਜਿਹੜਾ ਇਹ ਹੈ ਜਿਹੜੀ ਇਹ ਲੰਮੀ ਚੌੜੀ ਚਿੱਠੀ ਲਿਖੀ ਆ ਹਿੰਦੀ ਦੇ ਵਿੱਚ ਜਿਹੜੀ ਇਹਨਾਂ ਨੇ ਭੇਜੀ ਆ ਹੁਣ ਕਿਸਾਨਾਂ ਨੂੰ ਉਹਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ ਇਨਫੈਕਟ ਜਿਹੜਾ ਵਾ ਸਚਾਈ ਇਹ ਆ ਕਿ ਸਾਰੀਆਂ ਚੀਜ਼ਾਂ ਪੰਜ ਗੇੜ ਦੀ ਗੱਲਬਾਤ ਹੋਈ ਆ ਬੜੀ ਲੰਮੀ ਚੌੜੀ ਗੱਲਬਾਤ ਹੋਈ ਆ ਘੰਟਿਆਂ ਬੱਧੀ ਕਿਸਾਨਾਂ ਦੇ ਨਾਲ ਤੇ ਜਿਹੜੇ ਕੇਂਦਰ ਸਰਕਾਰ ਦੇ ਮੰਤਰੀ ਆ ਉਹਨਾਂ ਦੇ ਨਾਲ ਗੱਲ ਹੋਈ ਆ ਉਹਦੇ ਵਿੱਚੋਂ ਜਿਹੜੀਆਂ ਦੋ ਤਿੰਨ ਚੀਜ਼ਾਂ ਖੁੱਲ ਕੇ ਸਾਹਮਣੇ ਆਈਆਂ ਉਹ ਏ ਸੀ ਕਿ ਪਹਿਲਾਂ ਉਹਨਾਂ ਨੇ ਕਿਹਾ ਕਿਸਾਨਾਂ ਨੂੰ ਕਿ ਤੁਸੀਂ ਸਾਨੂੰ ਜੀ ਕਲਾਸ ਟੂ ਕਲਾਸ ਮਤਲਬ ਕਿ ਜਿਹੜੇ ਐਕਟ ਨੇ ਜਿਹੜੇ ਕਾਨੂੰਨ ਬਣੇ ਨੇ ਇਹਦੇ ਸੈਕਸ਼ਨ ਟੂ ਸੈਕਸ਼ਨ ਜਿਹੜੀ ਪ੍ਰੋਵੀਜ਼ਨਾਂ ਨੁਕਤਾ 바이 ਨੁਕਤਾ ਜਿਹੜਾ ਹੈ ਉਹ ਤੁਸੀਂ ਦੱਸੋ ਸਾਨੂੰ ਆਪਾਂ ਉਹਦੇ ਤੇ ਡਿਸਕਸ ਕਰ ਲਈਏ ਉਹਦੇ ਤੇ ਉਹਨਾਂ ਨੇ ਡਿਸਕਸ ਕਰ ਲਿਆ ਉਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਕੰਕਰੀਟ ਜਿਹੜੇ ਆ ਉਹ ਪੁਆਇੰਟ ਦੱਸੋ ਕਿ ਜਿਹਨਾਂ ਪੁਆਇੰਟਾਂ ਦੇ ਉੱਤੇ ਤੁਸੀਂ ਸਮਝਦੇ ਹੋ ਕਿ ਤੁਹਾਡੀ ਰੈਜ਼ਰਵੇਸ਼ਨ ਹੈ ਜਿਹੜੇ ਤੁਸੀਂ ਸਮਝਦੇ ਹੋ ਕਿ ਇਹ ਕਾਨੂੰਨ ਦੇ ਵਿੱਚ ਬਿਲਕੁਲ ਗਲਤ ਹੈ ਤੇ ਤੁਹਾਡੇ ਹਿੱਤਾਂ ਦੇ ਖਿਲਾਫ ਆ ਕਿਸਾਨਾਂ ਨੇ ਉਹ ਨੁਕਤਾ ਬਾਈ ਨੁਕਤਾ ਵੀ ਉਹਨਾਂ ਨੂੰ ਦੱਸ ਦਿੱਤਾ ਕਿ ਇਹ ਸਾਰਾ ਕੁਝ ਜਿਹੜਾ ਵਾ ਉਹ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਹੈ ਇਸ ਕਾਨੂੰਨ ਦੇ ਵਿੱਚ ਇਸ ਕਰਕੇ ਜਿਹੜਾ ਹੈ ਤੁਸੀਂ ਜਿਹੜੀ ਹੈ ਉਹ ਆਪਣੇ ਵੱਲੋਂ ਗੱਲ ਜਿਹੜੀ ਆ ਕਰੋ ਬਜਾਏ ਜਦੋਂ ਗੱਲਬਾਤ ਟੁੱਟੀ ਬਜਾਏ ਇਸ ਗੱਲ ਦੇ ਕਿ ਗਵਰਨਮੈਂਟ ਜਿਹੜੀ ਆ ਉਹ ਕੋਈ ਕੰਕਰੀਟ ਚੀਜ਼ਾਂ ਕਿਸਾਨਾਂ ਨੂੰ ਪੇਸ਼ ਕਰਦੀ ਉਹਨਾਂ ਨੇ ਬੜੇ ਤਰੀਕੇ ਦੇ ਨਾਲ ਇਹ ਕਹਿ ਦਿੱਤਾ ਕਿ ਅਸੀਂ 700 ਪ੍ਰੈਸ ਕਾਨਫਰੰਸਾਂ ਪੂਰੇ ਦੇਸ਼ ਦੇ ਵਿੱਚ ਕਰਾਂਗੇ ਅਸੀਂ ਜਿਹੜੇ ਸਾਡੇ ਮਿਨਿਸਟਰ ਤੇ ਸਾਡੇ ਮੈਂਬਰ ਪਾਰਲੀਮੈਂਟ ਤੇ ਬਾਕੀ ਸਭ ਜਿਹੜੇ ਆ ਉਹ ਕਿਸਾਨਾਂ ਦੇ ਵਿੱਚ ਜਿਹੜਾ ਉਹ ਜਾਣਗੇ ਰੈਲੀਆਂ ਕਰਨਗੇ ਤੇ ਉਹਨਾਂ ਨੂੰ ਇਹਦੇ ਫਾਇਦੇ ਜਿਹੜੇ ਆ ਦੱਸਣਗੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਇਸ਼ੂ ਜਿਹੜਾ بار بار ਸੈਂਟਰ ਦੀ ਗਵਰਨਮੈਂਟ ਲੋ ਆਲਿਆ ਆ ਰਿਹਾ ਜਿਹੜਾ ਸਭ ਤੋਂ ਵੱਧ ਉਭਾਰਿਆ ਜਾ ਰਿਹਾ ਉਹ ਇਹ ਹੈ ਕਿ ਕਿਸਾਨਾਂ ਨੂੰ ਅਸੀਂ ਮੁਕਤ ਕਰ ਦਿੱਤਾ ਮੁਕਤ ਕਰਤਾ ਇੰਦੀ ਸੈਂਸ ਕਿ ਉਹ ਕਿਸੇ ਨੂੰ ਵੀ ਕਿਤੇ ਵੀ ਤੇ ਕਿਸੇ ਵੀ ਕੀਮਤ ਦੇ ਉੱਤੇ ਆਪਣੀ ਚੀਜ਼ ਜਿਹੜੀ ਹੈ ਆਪਣੀ ਪ੍ਰੋਡਿਊਸ ਜਿਹੜੀ ਹੈ ਆਪਣੀ ਜਿੰਸ ਜਿਹੜੀ ਹੈ ਉਹ ਵੇਚ ਸਕਦੇ ਬੜਾ ਕਲੀਅਰ ਕੱਟ ਇਹਦੇ ਵਿੱਚ ਇਸ਼ੂ ਆ ਜਿਹੜੀ ਉਹ ਉਭਾਰਦੇ ਨੇ ਕਿਸੇ ਨੂੰ ਵੀ ਕਦੇ-ਕਦੇ ਵੀ ਤੇ ਕਿਸੇ ਵੀ ਕੀਮਤ ਦੇ ਉੱਤੇ ਦੇ ਜਿੱਥੇ ਤੁਸੀਂ ਚਾਹੋ ਉੱਥੇ ਵੇਚ ਸਕ ਹੁਣ ਜੇ ਸਭ ਤੋਂ ਪਹਿਲਾਂ ਅਸੀਂ ਇਸ ਗੱਲ ਨੂੰ ਜੇ ਡਿਮੋਲਿਸ਼ ਕਰਨਾ ਇਸ ਗੱਲ ਨੂੰ ਖਤਮ ਕਰਨਾ ਆਹ ਅਜੇ ਝੋਨੇ ਦਾ ਪੈਟੀ ਦਾ ਸੀਜ਼ਨ ਹੁਣ ਖਤਮ ਹੋਇਆ ਜੇ ਇਹੀ ਐਕਟ ਲਾਗੂ ਸੀ ਤਾਂ ਹਰਿਆਣੇ ਦੇ ਕਿਸਾਨ ਤੇ ਯੂਪੀ ਦੇ ਕਿਸਾਨ ਉਹ ਪਰ ਪਰ ਟਰੱਕ ਲਿਆ ਰਹੇ ਸੀ ਕਿ ਸਾਨੂੰ ਹਰਿਆਣੇ ਦੇ ਵਿੱਚ ਵੇਚਣ ਦਿਓ ਤੇ ਸਾਨੂੰ ਪੰਜਾਬ ਦੇ ਵਿੱਚ ਵੇਚਣ ਦਿਓ ਉਦੋਂ ਜਿਹੜਾ ਹਰਿਆਣਾ ਦੀ ਗਵਰਨਮੈਂਟ ਨੇ ਜਿਹੜੇ ਬਾਰਡਰ ਸੀਲ ਕਰ ਦਿੱਤੇ ਪੰਜਾਬ ਦੇ ਵਿੱਚ ਵੀ ਜਿਹੜਾ ਖੇਤੀਬਾੜੀ ਸੈਕਟਰ ਸੀ ਉਹਨਾਂ ਕਹਿੰਿਆ ਕਿ ਨਹੀਂ ਇਹ ਪੰਜਾਬ ਦੇ ਵਿੱਚ ਨਹੀਂ ਆ ਸਕਦੇ ਜੇ ਇਹਨਾਂ ਨੂੰ ਇਹ ਸੇਪ ਕਿਤੇ ਵੀ ਵੇਚ ਸਕਦੇ ਆ ਤਾਂ ਫਿਰ ਉਹਨਾਂ ਨੂੰ ਆ ਲੈਣ ਦਿੰਦੇ ਤੇ ਕਹਿੰਦੇ ਖੋਲ ਕੇ ਵੇਖੋ ਜੀ ਅੱਗੇ ਪਹਿਲਾਂ ਨਹੀਂ ਸੀ ਆ ਕੇ ਇੱਥੇ ਵੇਖ ਸਕਦੇ ਹੁਣ ਅਸੀਂ ਇਹਨਾਂ ਨੂੰ ਖੁੱਲ ਦੇ ਦਿੱਤੀ ਆ ਹੁਣ ਉਹ ਆ ਕੇ ਪੰਜਾਬ ਦੇ ਵਿੱਚ ਤੇ ਹਰਿਆਣਾ ਦੇ ਵਿੱਚ ਜਿੱਥੇ ਵੀ ਕਿਤੇ ਜਿਹੜਾ ਵਾ ਉਹ ਵੇਚ ਸਕਦੇ WhatsApp ਇੱਕ ਇੰਟਰਸਟਿੰਗ ਕੇਸ ਇਹ ਹੈਗਾ ਹਰਿਆਣੇ ਦੇ ਮੁੱਖ ਮੰਤਰੀ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਵੀ ਮੈਂ ਰਾਜਸਥਾਨ ਦਾ ਬਾਜਰਾ ਜਿਹੜਾ ਉਹ ਆਪਣੇ ਨਹੀਂ ਵਿਕਣ ਦਊਗਾ ਬਿਲਕੁਲ ਮੈਂ ਇਹੀ ਕਹਿ ਰਿਹਾ ਹੁਣ ਜਿੱਥੋਂ ਤੱਕ ਇਹ ਆ ਰਿਹਾ ਕਿ ਕਿਸੇ ਨੂੰ ਵੀ ਤੇ ਕਿਤੇ ਵੀ ਉਹ ਤਾਂ ਜਿਹੜੀ ਆਰਗੂਮੈਂਟ ਹੈ ਉਹ ਬਿਲਕੁਲ ਡਿਮੋਲਿਸ਼ ਹੋ ਗਈ ਹੁਣ ਇਹਨਾਂ ਸਟੇਟਾਂ ਦੇ ਉਤੋਂ ਕਿਉਂ ਆ ਰਹੇ ਸੀ ਪੰਜਾਬ ਹਰਿਆਣੇ ਚ ਵੇਚਣ ਕਿਉਂਕਿ ਉੱਥੇ ਅੱਧੀ ਕੀਮਤ ਆ ਉੱਥੇ ਓਪਨ ਮਾਰਕੀਟ ਸੋ ਕਾਲਡ ਜਿਹੜੀ ਓਪਨ ਮਾਰਕੀਟ ਹੈ ਖੁੱਲੀ ਮਾਰਕੀਟ ਜਿਹੜੀ ਆ ਇੱਥੇ ਬਣਾਉਣਾ ਚਾਹੁੰਦੇ ਆ ਔਰ ਉੱਥੇ ਲਗਭਗ ਜਿਹੜਾ ਪੰਜਾਬ ਚ ਜਿੰਸ ਦਾ ਪਾ ਮਿਲ ਰਿਹਾ ਵਾ ਉਹਦੇ ਵਿੱਚ ਅੱਧਾ ਜਿਹੜਾ ਉਹ ਮਿਲ ਰਿਹਾ ਸੀ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਦਾ ਜਿਹੜਾ ਗਿਲਾ ਕਿਸਾਨਾਂ ਦੇ ਜਿਹੜਾ ਸ਼ੱਕ ਹੈ ਉਹ ਬਿਲਕੁਲ ਵਾਜਬ ਹੈ ਕਿ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਖੁੱਲੀ ਮੰਡੀ ਹੁੰਦੀ ਹੈ ਜੇ ਇਸ ਤਰ੍ਹਾਂ ਦਾ ਪ੍ਰਾਈਵੇਟ ਸੈਕਟਰ ਨੂੰ ਜਿਹੜਾ ਖੁੱਲ੍ਹ ਦਿੱਤੀ ਜਾਂਦੀ ਹੈ ਕਾਰਪੋਰੇਟ ਨੂੰ ਸੈਕਟਰ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਤੇ ਸਾਡਾ ਉਹੀ ਹਾਲ ਹੋਣਾ ਹੈ ਜੋ ਬਿਹਾਰ ਦੇ ਵਿੱਚ ਯੂਪੀ ਦੇ ਵਿੱਚ ਤੇ ਬਾਕੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜਾ ਵਾ ਹੋ ਰਿਹਾ ਇਸ ਕਰਕੇ ਇਹਦੇ ਵਿੱਚ ਕੋਈ ਗੱਲ ਨਹੀਂ ਦੂਸਰੀ ਗੱਲ ਉਹ ਬੜਾ ਉੱਪਰ ਚੱਕ ਰਿਹਾ ਕਿ ਵੇਖੋ ਅਸੀਂ ਕੋਈ ਡਰੇ ਹੋਏ ਨਹੀਂਗੇ ਅਸੀਂ ਤੇ ਜਿਹੜਾ ਬਾ ਕੋਈ ਪਰਵਾਹ ਨਹੀਂ ਜੋ ਕਿਸਾਨ ਲੜੀ ਜਾਂਦੇ ਆ ਬੈਠੇ ਆ ਬੈਠੇ ਰਹਿਣ ਹੁਣ ਉਹਦੇ ਵਿੱਚ ਜਮੂਤ ਸਾਹਿਬ ਜੇ ਆਪਾਂ ਅਸੀਂ ਕਹਿੰਨੇ ਆ ਜਦੋਂ ਕਿ ਅਸੀਂ ਜਦੋਂ ਲਾਈਨਾਂ ਦੇ ਵਿੱਚ ਵੜੀਏ ਫੂ ਰੀਡ ਬਿਟਵੀਨ ਦੀ ਲਾਈਨਸ ਅਜੇ ਤੱਕ 6 ਸਾਲ ਹੋ ਗਏ ਮੋਦੀ ਸਾਹਿਬ ਨੂੰ ਉਹਨੇ ਕਿੰਨੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਉਹਦੀਆਂ ਬਰੂਹਾਂ ਦੇ ਉੱਤੇ ਦਿੱਲੀ ਤੇ ਰਾਜਧਾਨੀ ਦੇ ਬਾਹਰ ਜਿਹੜੇ ਆ ਉਹ ਗੇਟ ਦੇ ਸੜਕ ਦੇ ਉੱਤੇ ਲੱਖਾਂ ਜਿਹੜੇ ਕਿਸਾਨ ਹੈ ਔਰਤਾ ਬਜ਼ੁਰਗ ਹੈ ਉਹ ਬੈਠੇ ਹੋਇਆ ਇੱਥੋਂ ਤੱਕ ਕਿਸੇ ਨਾਲ ਗੱਲ ਕਰਨ ਦਾ ਉਹਨੂੰ ਟਾਈਮ ਨਹੀਂ ਮਿਲਿਆ ਔਰ ਉਹ ਗੁਜਰਾਤ ਦੇ ਵਿੱਚ ਕਸ਼ੇ ਦੇ ਵਿੱਚ ਜਾ ਕੇ ਉੱਥੇ ਮੀਟਿੰਗ ਕਰ ਰਿਹਾ ਫਸਟ ਟਾਈਮ 6 ਸਾਲਾਂ ਦੇ ਵਿੱਚ ਹੋਈ ਹੈ ਜਿਹੜਾ ਕਿ ਇੱਕ ਬੁਖਾਰ ਰਿਹਾ ਕਿ ਉਹ ਜਿਹੜੇ ਪੱਗਾਂ ਵਾਲੇ ਲੋਕ ਨੇ ਕਿ ਵੇਖੋ ਅਸੀਂ ਤਾਂ ਜਿਹੜੇ ਇਹਨਾਂ ਦੀ ਇਹਨਾਂ ਨਾਲ ਗੱਲਬਾਤ ਜਿਹੜੀ ਹੈ ਪ੍ਰਧਾਨ ਮੰਤਰੀ ਗੱਲਬਾਤ ਕਰ ਰਿਹਾ ਨੰਬਰ 1 ਨੰਬਰ 2 ਇਹ 6 ਸਾਲਾਂ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਇਹਨਾਂ ਸਮੇਂ ਦੇ ਦੌਰਾਨ ਕਿੰਨਾ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੇ ਵਿਜ਼ਿਟ ਕੀਤਾ ਹੋਊਗਾ 6 ਸਾਲਾਂ ਦੇ ਵਿੱਚ ਇਹ ਤਾਂ ਬਿਲਕੁਲ ਜਿਹੜਾ ਕਲੀਅਰ ਜਿਹੜਾ ਵਾ ਉਹ ਕਿਤੇ ਮੈਨੂੰ ਤਾਂ ਦਿਸ ਨਹੀਂ ਰਿਹਾ ਹੁਣ ਇੱਥੇ ਆ ਕੇ ਇਹ ਵੀ ਕਰ ਰਿਹਾ ਵੇਖੋ ਮੈਂ ਤਾਂ ਜਿਹੜਾ ਵਾ ਪੰਜਾਬੀਆਂ ਦਾ ਮੈਂ ਤਾਂ ਜਿਹੜਾ ਗੁਰੂਵੰਦਾ ਜਿਹੜਾ ਬੜਾ ਪੈਰੋਕਾਰ ਮੈਂ ਤਾਂ ਜਿਹੜਾ ਉੱਥੇ ਵਿਜ਼ਿਟ ਜਿਹੜੀ ਆ ਉਹ ਕਰ ਮਤਲਬ ਮੈਂ ਕਨਕਲੂਡ ਕਰਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜੇ ਆ ਡਰੇ ਹੋਏ ਆ ਵਿੱਚੋਂ ਅੰਦਰੋਂ ਡਰੇ ਹੋਏ ਆ ਕਿ ਅਸੀਂ ਜਿਹੜਾ ਵਾ ਉਹ ਗਲਤੀਆਂ ਇਹਦੇ ਵਿੱਚ ਤੇ ਕਿਸਾਨ ਠੀਕ ਹੈ ਇਸ ਕਰਕੇ ਉਹ ਸਾਰੇ ਕਦਮ ਜਿਹੜੇ ਪੁੱਟ ਰਹੇ ਹਾਂਜੀ ਦੇਖੋ ਜਦੋਂ 550ਵੇਂ ਬਰੇ ਗੰਢ ਸੀ ਬਾਬਾ ਨਾਨਕ ਦੇ ਪ੍ਰਕਾਸ਼ ਹੋਸਤਵ ਦੀ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਕਾਇਦਾ ਪੰਜਾਬ ਆਏ ਸੀਗੇ ਸultanpur Lodhi ਵੀ ਗਏ ਸੀਗੇ ਡੇਰਾ ਬਾਬਾ ਨਾਨਕ ਵੀ ਗਏ ਸੀਗੇ ਜਿੱਥੋਂ ਤੱਕ ਤੇ 550ਵੀਂ ਬਰੇ ਗਣ ਦਾ ਮਾਮਲਾ ਗੱਲ ਇਹ ਆ ਵੀ ਗੁਰੂ ਤੇਗ ਬਹਾਦਰ ਦੀ ਜਿੱਡੀ ਵੱਡੀ ਕੁਰਬਾਨੀ ਆ ਉਹਦੇ ਚਲੋ ਮੱਥਾ ਟੇਕਣਾ ਠੀਕ ਹੈ ਮਤਲ ਸਾਰੇ ਧਰਮਾਂ ਨੂੰ ਸਤਿਕਾਰ ਦੇਣਾ ਬਣਦਾ ਉਹ ਦਿੱਤਾ ਪਰ ਕੁਐਸਚਨ ਤੇ ਇਹ ਆ ਵੀ ਜਿਹੜੀ ਹਰਿਆ ਜਿਹੜੀ ਮੂਵਮੈਂਟ ਹੈ ਉਹਨੂੰ ਹਰਿਆਣੇ ਦੇ ਵਿੱਚ SYL ਦੇ ਨਾਲ ਜੋੜਿਆ ਜਾ ਰਿਹਾ ਮਤਲ ਉਹਦੇ ਵਿੱਚ ਵੀ ਜਿੱਥੇ 2-3 ਥਾਵਾਂ ਤੇ BJP ਦੇ ਆਗੂਆਂ ਨੇ ਕੋਸ਼ਿਸ਼ ਕੀਤੀ ਸਰਸਾ ਦੇ ਵਿੱਚ ਫਤਿਹਬਾਦ ਦੇ ਵਿੱਚ ਕੱਟ ਕਰਨ ਦੀ ਪੋਖੜ ਤਾਲ ਕਰਨ ਦੀ ਉੱਥੇ ਵੀ ਕਿਸਾਨਾਂ ਨੇ ਆ ਕੇ ਵਿਰੋਧ ਕੀਤਾ ਉਹਨਾਂ ਕਹਿੰਦੇ ਵੀ ਨਹੀਂ ਪਹਿਲਾਂ ਜੇ ਪਾਣੀ ਦੀ ਗੱਲ ਤਾਂ ਬਾਅਦ ਕਰਾਂਗੇ ਪਹਿਲਾਂ ਜੇ ਜ਼ਮੀਨ ਹੀ ਨਹੀਂ ਤੇ ਪਾਣੀ ਕੀ ਕਰਨਾ ਇਸ ਕਰਕੇ ਇਸ ਤਰੀਕੇ ਨਾਲ ਵੀ ਜਿਹੜਾ ਇਹਨਾਂ ਨੇ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਬੀਜਪੀ ਨੇ ਉਹਦੇ ਵਿੱਚ ਵੀ ਮੈਨੂੰ ਲੱਗਦਾ ਨਹੀਂ ਸਫਲਤਾ ਮਿਲੀ ਜਿੱਨਾ ਵਿਰੋਧ ਹੋਇਆ ਉਹਦੇ ਨਾਲ ਜਿਹੜੇ ਆ ਚੌਧਰੀ ਬਰਿੰਦਰ ਸਿੰਘ ਜਿਹੜੇ ਬੀਜਪੀ ਵੱਲੋਂ ਜਿਹੜੇ ਆ ਕੇਂਦਰ ਦੇ ਵਿੱਚ ਮੰਤਰੀ ਬਣੇ ਸੀਗੇ ਉਹਨਾਂ ਨੇ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਗੱਲ ਕਹੀ ਹੈ ਉਹਨਾਂ ਕਿਹਾ ਮੈਂ ਸਿੰਧੂ ਬਾਰਡਰ ਵੀ ਜਾਊਂਗਾ ਮੈਂ ਟਿਕਰੀ ਵੀ ਜਾਊਂਗਾ ਉਹਨਾਂ ਦੇ ਮਦਲੋ ਸਰ ਛੋਟੂ ਰਾਮ ਦੇ ਨਾਤੀ ਨੇ ਉਹਨਾਂ ਦਾ ਕਾਫੀ ਅਸਰ ਹੈ ਉਹਨਾਂ ਨੇ ਭਾਜਪਾ ਦੇ ਵਿੱਚ ਰਹਿੰਦਿਆਂ ਹੋਇਆਂ ਇਹ ਲਾਈਨ ਲਈ ਉਸ ਤੋਂ ਇਲਾਵਾ ਹੋਰ ਕਈ ਲੋਕ ਨੇ ਜਿਹੜੇ ਮਤਲਬ ਬੀਜੇਪੀ ਤੋਂ ਵੱਖ ਹੋ ਕੇ ਇਸ ਪਾਸੇ ਵੱਲ ਨੂੰ ਆ ਰਹੇ ਇਹ ਸਾਰਾ ਕਸੇ ਨੂੰ ਤੁਸੀਂ ਕਿਵੇਂ ਲੈਨੇ ਬਿਲਕੁਲ ਠੀਕ ਹੈ ਕੱਲ ਜਮੂਸਾ ਮੈਂ ਨਹੀਂ ਸੀ ਕਿਹਾ ਕਿ ਬਿਲਕੁਲ ਨਹੀਂ ਗਿਆ ਉਹ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਇਤਿਹਾਸਿਕ ਉਕਤਨਾ ਸੀ 550ਵੇਂ ਦੀ ਉਹਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਮਨਾ ਰਹੀ ਸੀ ਸੱਦਿਆ ਉਹ ਆਏ ਇਸ ਤੋਂ ਪਹਿਲਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਬਾਕੀ ਗੁਰੂਆਂ ਦੀਆਂ ਜਿਹੜੀਆਂ ਨੇ ਲਾਸਾਲ ਕੁਰਬਾਨੀਆਂ ਤੇ ਉਹ ਦਿਨ ਆਉਂਦੇ ਰਹੇ ਆ ਮੈਂ ਇਸ ਨੂੰ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਇੱਕ ਲਈ ਓਪਨ ਹੈ ਚਾਰੇ ਜਿਹੜੇ ਦਰਵਾਜ਼ੇ ਗੁਰਦੁਆਰਾ ਸਾਹਿਬ ਦੇ ਖੁੱਲੇ ਆ ਇਹ ਸਾਡੀ ਜਿਹੜੀ ਵਿਰਾਸਤ ਆ ਇਹ ਸਾਡੀ ਟ੍ਰੈਡੀਸ਼ਨ ਆ ਹਿਸਟਰੀ ਆ ਇਹਦੇ ਵਿੱਚ ਕੋਈ ਕਿੰਤੂ ਨਹੀਂ ਮੇਰਾ ਕਹਿਣ ਦਾ ਪਾਵ ਸੀ ਕਿ ਐਸ ਗੱਲ ਨੂੰ ਜਿਹੜਾ ਵਾ ਹੁਣ ਉੱਥੇ ਵੀ ਵੇਖੋ ਤੁਸੀਂ ਜਿਹੜਾ ਕੱਚ ਦੇ ਵਿੱਚ ਤੇ ਇਹਦੇ ਨਾਲ ਜੋੜ ਕੇ ਕਿ ਉਹ ਇੱਕ ਸਨੇਹਾ ਇੰਡਾਇਰੈਕਟਲੀ ਬਜਾਏ ਇਸ ਗੱਲ ਦੇ ਕਿ ਕੰਕਰੀਟ ਉਹਨਾਂ ਨਾਲ ਗੱਲ ਕਰੇ ਇਸ ਤਰ੍ਹਾਂ ਦਾ ਸੁਨੇਹਾ ਜਿਹੜਾ ਵਾ ਗਿੱਦ ਗੱਲ ਕਰ ਰਿਹਾ ਹੈ। ਕਾਸ਼ ਦੇ ਜਿਹੜੇ ਕਿਸਾਨਾਂ ਦੀ ਸਮੱਸਿਆ ਹੈ ਉਹਦੇ ਬਾਰੇ ਇੱਕ ਸ਼ਬਦ ਨਹੀਂ ਉਹਦੇ ਬਾਰੇ ਇੱਕ ਸ਼ਬਦ ਨਹੀਂ ਬੋਲੇ ਜਿਹੜੇ ਲੜ ਰਹੇ ਨੇ ਜਿਨ੍ਹਾਂ ਨੂੰ ਉੱਥੇ ਸੀ ਵੀ ਇਹਨਾਂ ਨੂੰ ਇੱਥੋਂ ਬੇਦਖਲ ਕਰਕੇ ਤੇ ਭੇਜ ਦੇਣਾ ਵਾ ਵੀ ਇਹ ਗਲਤ ਕਾਬਜ ਹੈ। ਉਹ ਸਾਰੇ ਇਸ਼ੂ ਮੈਂ ਇਸੇ ਕਰਕੇ ਕਰ ਰਹੇ ਹਾਂ ਔਰ ਬਾਕੀ ਜਗ੍ਹਾ ਦੇ ਵਿੱਚੋਂ ਜਿਹੜਾ ਇਹ ਆ ਰਿਹਾ। ਹੁਣ ਸਵਾਲ ਇਹ ਹੈ ਕਿ ਹਰਿਆਣਾ ਜਿੱਥੇ ਜਿੱਥੇ ਕਿ ਸਭ ਤੋਂ ਵੱਡ ਸਪੋਰਟ ਪੰਜਾਬ ਦੇ ਕਿਸਾਨਾਂ ਨੂੰ ਮਿਲੀ ਆ। ਸਭ ਲੋਕ ਜਿਹੜੇ ਭੁੱਲ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਪੰਜਾਬਾ ਪੰਜਾਬ ਦੇ ਕਿਸਾਨਾਂ ਦੇ ਨਾਲ ਦੇਸ਼ ਦੇ ਕਿਸਾਨਾਂ ਦੇ ਨਾਲ ਇਕੱਠੇ ਹੋ ਕੇ ਜੁੜੇ ਆ ਉੱਥੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਲੋਕਾਂ ਨੂੰ ਪਾੜਿਆ ਜਾਵੇ ਉਹ ਕਿੱਥੇ ਜਾ ਕੇ ਝੱਜੜ ਦੇ ਵਿੱਚ ਤੇ ਕਿੱਥੇ ਜਾ ਕੇ ਰੈਲੀ ਕਰ ਰਹੇ ਆ ਕਿ ਐਸਵਾਈਐਲ ਦਾ ਜਿਹੜਾ ਵਾ ਉਹ ਪਾਣੀ ਸਾਨੂੰ ਦਿਓ ਇਹ ਇਸ਼ੂ ਜਿਹੜਾ ਬਹੁਤ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੁਪਰੀਮ ਕੋਰਟ ਦੇ ਵਿੱਚ ਇਹ ਇਸ਼ੂ ਜਿਹੜਾ ਵਾ ਉਹ ਪੈਂਡਿੰਗ ਚਲ ਰਹੀਆ ਪਤਾ ਨਹੀਂ ਕੀ ਫੈਸਲਾ ਹੋਣਾ ਕਦੋਂ ਹੋਣਾ ਉਹ ਇੱਕ ਬਿਲਕੁਲ ਇੰਟਾਇਰਲੀ ਵੱਖਰੀ ਗੱਲ ਹੈ ਹੁਣ ਜਿਹੜੀ ਗੱਲ ਹੈ ਕਿ ਜ਼ਮੀਨ ਇਹਨਾਂ ਦੇ ਥੱਲੇੋਂ ਕਿਸਕ ਦੀ ਜਾ ਰਹੀ ਹੈ ਇਹ ਦਾ ਤੁਸੀਂ ਬਿਲਕੁਲ ਠੀਕ ਕਿਹਾ ਬਰਿੰਦਰ ਸਿੰਘ ਦਾ ਔਰ ਇਸ ਤੋਂ ਇਲਾਵਾ ਜਿਹੜੇ ਜੀ ਜੀ ਪੀ ਦੇ ਦੁਸ਼ੰਤ ਚਟਾਲਾ ਦੇ ਜਿਹੜੇ 7 ਤੋਂ ਵੱਧ ਜਿਹੜੇ ਐਮ ਐਲ ਏ ਆ ਉਹ ਵੀ ਖੁੱਲ ਕੇ ਕਹਿ ਗਏ ਆ ਕਿ ਅਸੀਂ ਇਹਨਾਂ ਦੀ ਜਿਹੜੀ ਸਪੋਰਟ ਕਿਸਾਨ ਸਟਰਗਲ ਦੀ ਜਿਹੜੀ ਕਰ ਰਹੀਆਂ ਬਾਕੀ ਜਗ੍ਹਾ ਤੋਂ ਵੀ ਜਿਹੜਾ ਵਾ ਉਹ ਆ ਰਿਹਾ ਇਹਨਾਂ ਦੀ ਜਿਹੜੀ ਕੋਸ਼ਿਸ਼ ਸੀ ਕਿ ਅਸੀਂ ਇਸ ਇਸ਼ੂ ਨੂੰ ਬਣਾ ਕੇ ਕਿਸਾਨ ਮੂਵਮੈਂਟ ਨੂੰ ਪਾੜ ਕੇ ਇਹਨਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰੀਏ ਇਹ ਉਹਨਾਂ ਦੀ ਨਾਕਾਬਯਾਬ ਹੁੰਦੀ ਜਿਹੜੇ ਦਿਖ ਰਹੀ ਆ ਅੱਜ ਦੇ ਦਿਨ ਦੇ ਵਿੱਚ ਇਹਦੇ ਨਾਲ ਇਹ WhatsApp ਜਿਹੜਾ ਇਹ ਤਰੀਕਾ ਕਰਤਾ ਅਪਣਾਇਆ ਜਾ ਰਿਹਾ ਪਰ BJP ਦੇ ਕੱਲ ਪਰਸੋਂ ਜਿਹੜੇ ਆ ਆਪਣਾ ਜਿਹੜਾ ਫਿਰੋਜ਼ਪੁਰ ਜ਼ਿਲ੍ਹਾ 25 ਦੇ ਕਰੀਬ ਆਗੂ ਅਸਤੀਫੇ ਦੇ ਗਏ ਜਿਹੜੇ ਵੱਖ-ਵੱਖ ਅਹੁਦਿਆਂ ਦੇ ਉੱਪਰ ਸੀ ਇਹ ਪੰਜਾਬ ਦੇ ਵਿੱਚੋਂ ਤਾਂ ਲਗਭਗ ਮੈਨੂੰ ਲੱਗਦਾ ਵੀ ਇਹ ਸ਼ਹਿਰਾਂ ਤੱਕ ਹੀ BJP ਸੀਮਤ ਰਹੀ ਗਈ ਪਿੰਡਾਂ ਦੇ ਵਿੱਚ ਤਾਂ ਮੇਰੇ ਖਿਆਲ ਖਸਾ ਨੁਕਸਾਨ ਜਿਹੜਾ ਇਹਦਾ ਹੋ ਚੁੱਕਾ ਤੇ ਜਿਹੜੇ ਇਸ ਕਿਸਮ ਦੇ ਨਾਰੇਬਾਜੀ ਫੇਰ ਵੀ ਇਹਨਾਂ ਦੇ ਆਗੂ ਕਰ ਰਹੇ ਵੀ ਅਗਲੀਆਂ ਚੋਣਾਂ ਦੇ ਵਿੱਚ ਅਸੀਂ ਸਾਡੀ ਜਿੱਤ ਹੋਣੀ ਹੈ ਕੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੋ ਕੋਜੀ ਜਿਹੜੇ ਰਾਜਨੀਤਿਕ ਵਾਨ ਹੁੰਦੇ ਆ ਨਾ ਸਿਆਸਦਾਨ ਜਿਹੜੇ ਆ ਖਾਸ ਕਰਕੇ ਜਿਹੜੇ ਹੁਣ ਹਾਲਤ ਬਣੀ ਔਰ ਬੀਜੇਪੀ ਵਾਲੇ ਜੋ ਬੋਲ ਰਹੇ ਆ ਉਹ ਕੁਝ ਵੀ ਬੋਲ ਸਕਦੇ ਦੇਖੋ ਇਹਨਾਂ ਨੂੰ ਝੂਠ ਬੋਲਣ ਲੱਗਿਆ ਮਤਲਬ ਥੋੜੀ ਬਹਤੀ ਤਾਂ ਸੰਗ ਸ਼ਰਮ ਜਿਹੜੀ ਆ ਨਾ ਉਹ ਚੀਜ਼ ਹੁੰਦੀ ਆ ਕਿਤੇ ਕਿ ਤੁਸੀਂ ਘੱਟੋ ਘੱਟ ਜਿਹੜਾ ਵਾ ਉਹ ਇਸ ਤਰੀਕੇ ਦੀ ਗਲਤਾਂ ਕਰੋ ਜਿਹੜੀ ਲੋਕਾਂ ਨੂੰ ਜਿਹੜੀ ਜੱਜ ਜਾਵੇ ਅਸੀਂ ਵੀ ਕੋਰਟ ਦੇ ਵਿੱਚ ਜਾਂਦੇ ਹਾਂ ਜਦੋਂ ਵਕੀਲ ਆਪਣੇ ਕਲੈਂਟਰ ਦਾ ਕੇਸ ਕਰਦੇ ਆਂ ਤੇ ਅਸੀਂ ਉਹਨੂੰ ਕਹਿੰਨੇ ਭਾਈ ਤੂੰ ਝੂਠ ਥੋੜਾ ਬਤਾ ਬੋਲ ਲੈ ਅਸੀਂ ਵੀ ਥੋੜਾ ਬਤਾ ਬੋਲ ਲੈ ਪਰ ਇੰਨਾਕ ਤਾਂ ਬੋਲੀਏ ਜੱਜ ਨੂੰ ਗੱਲ ਜਿਹੜੀ ਉਹ ਜੱਜ ਜਾਵੇ ਵੀ ਥੋੜੀ ਬਤ ਹੀ ਹਾਂ ਇਹਦੇ ਵਿੱਚ 10% 20% ਸੱਚਾਈ ਹੋ ਸਕਦੀ ਹੈ ਔਰ ਇਹਦੇ ਵਿੱਚ -1 1.0 ਵੀ ਕਿਤੇ 0 0.0 ਵੀ ਜਿਹੜੀ ਆ ਉਹ ਸਚਾਈ ਨਾ ਹੋਵੇ ਤੇ 117 ਦੀਆਂ 17 ਸੀਟਾਂ ਜਿਹੜੇ ਕਹਿਣ ਕੇ ਅਸੀਂ ਪੰਜਾਬ ਦੇ ਵਿੱਚੋਂ ਜਿੱਤ ਜਾਣੀਆਂ ਤੇ ਇਹ ਤਾਂ ਜਿਹੜਾ ਵਾ ਮਤਲਬ ਰੱਬ ਹੀ ਉਹਨਾਂ ਦਾ ਰਾਖਾ ਵਾ ਇਹਦੇ ਤੇ ਕੋਈ ਜ਼ਿਆਦਾ ਮੈਨੂੰ ਲੱਗਦਾ ਕਮੈਂਟ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੈ ਪਰ ਜਿਹੜੀ ਤੁਸੀਂ ਗੱਲ ਕਹੀ ਆ ਮੈਂ ਉਹਦੇ ਨਾਲ ਸਹਿਮਤ ਹਾਂ ਕਿ ਕੱਲੇ ਪਿੰਡਾਂ ਦੇ ਵਿੱਚੋਂ ਨਹੀਂ ਬਲਕਿ ਸ਼ਹਿਰਾਂ ਦੇ ਵਿੱਚੋਂ ਵੀ ਜਿਹੜੇ ਲੋਕ ਨੇ ਇਹਨਾਂ ਦੀ ਸਪੋਰਟ ਉਖੜ ਰਹੀ ਆ ਜਿਹੜਾ ਵਪਾਰੀ ਵਰਗ ਹੈ ਉਹ ਵੀ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਆਰਤੀਪਾਵੇਂ ਕਿਸੇ ਵੀ ਬਰਾਦਰੀ ਦੇ ਹੋਣ ਉਹ ਸਾਰੇ ਜਿਹੜੇ ਆ ਇਸ ਮੂਮੈਂਟ ਤੇ ਨਾਲ ਜੁੜੇ ਹੋਏ ਆ ਔਰ ਖੁੱਲ ਕੇ ਵਿਰੋਧ ਜਿਹੜਾ ਵਾ ਭਾਜਪੀ ਦਾ ਔਰ ਜਿਹੜਾ ਸਟੈਂਡ ਇਹ ਲੈ ਰਹੇ ਆ ਉਹਦਾ ਵਿਰੋਧ ਕਰਨੇ ਚਾਹੀਦਾ ਹੈ ਕਿ ਜਿਹੜੇ ਪੰਜਾਬ ਦੇ ਭਾਜਪੀ ਦੇ ਲੀਡਰ ਆ ਉਹ ਸਭ ਤੋਂ ਮੁਰ ਹੋ ਕੇ ਕਹਿੰਦੇ ਕਿ ਦੇਖੋ ਇਹ ਕਿਸੇ ਪਾਰਟੀ ਦਾ ਗੱਲ ਨਹੀਂ ਹੈ ਇਹ ਕਿਸੇ ਵੀ ਜਿਹੜੀ ਸਿਆਸਤੇ ਦੇ ਵਿੱਚ ਨਹੀਂ ਹੈ ਕਿਸਾਨਾਂ ਦਾ ਇਸ਼ੂ ਆ ਆਓ ਇਕੱਠੇ ਹੋ ਕੇ ਅਸੀਂ ਤੁਹਾਡੇ ਮੂਰੇ ਲੱਗਦੇ ਹਾਂ ਸਭ ਤੋਂ ਅੱਗੇ ਲੱਗਦੇ ਹਾਂ ਕਿਉਂਕਿ ਸਾਡੀ ਸਰਕਾਰ ਅਸੀਂ ਸਰਕਾਰ ਨੂੰ ਕਵਾਂਗੇ ਕਿ ਇਹ ਮੰਗਾ ਜਿਹੜੀਆਂ ਇਹ ਮੰਨੀਆਂ ਜਾਣ ਤੇ ਪੰਜਾਬ ਦੇ ਜਿਹੜੇ ਕਿਸਾਨਾਂ ਦੀ ਹੱਕ ਰਸੀ ਕਰਵਾਈ ਜਾਵੇ ਬਲਕਿ ਇਹ ਛੱਡ ਕੇ ਜਿਹੜੀ ਕਿ ਇੱਕ ਪ੍ਰਿੰਸੀਪਲ ਇੱਕ ਸਿਧਾਂਤਕ ਜਿਹੜਾ ਸਟੈਂਡ ਲੈਣਾ ਚਾਹੀਦਾ ਸੀ ਉਹ ਸਾਰਾ ਕੁਝ ਛੱਡ ਕੇ ਉਹਨਾਂ ਨੇ ਬੜੇ ਬੇਸ਼ਰਮੀ ਦੇ ਨਾਲ ਇਹ ਸਾਰੇ ਕਿਸਾਨ ਸੰਘਰਸ਼ ਨੂੰ ਟਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਨੂੰ ਲੱਗ ਰਿਹਾ ਹੈ ਕਿ ਜੰਮੂ ਸਾਹਿਬ ਜੋ ਮਾਹੌਲ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਔਰ ਬਾਕੀ ਦੇਸ਼ ਦੇ ਵਿੱਚ ਵੀ ਤੁਸੀਂ ਦੇਖੋ ਗੁਜਰਾਤ ਤੋਂ ਕਿਸਾਨ ਆ ਰਹੇ ਨੇ ਬਾਕੀ ਜਗ੍ਹਾ ਤੋਂ ਜਿਹੜਾ ਉਹ ਆ ਰਹੇ ਨੇ ਕਿਸਾਨਾ ਜਿਹੜੇ ਇਸ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਵਾਰ ਬੈਠੇ ਕੀਮਤੀ ਜਾਨਾਂ ਜਿਹੜੀਆਂ ਵਾਰ ਬੈਠੇ ਸ਼ਹੀਦ ਹੋ ਗਏ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਕਿਸਾਨ ਭਾਈਚਾਰਾ ਔਰ ਲੋਕ ਨਿੱਤਰ ਰਹੇ ਨੇ ਮੈਨੂੰ ਪੂਰਾ ਯਕੀਨ ਹੈ ਕਿ ਇਹ ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਗੁਆਈਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਆ ਉਹਨਾਂ ਦਾ ਸੰਘਰਸ਼ ਜਿਹੜਾ ਉਹ ਰੰਗ ਲਿਆਊਗਾ ਔਰ ਕਾਮਯਾਬੀ ਜਿਹੜੀ ਹੈ ਸਾਡੇ ਕਿਸਾਨਾਂ ਨੂੰ ਮਿਲੇਗੀ ਇਹਦੇ ਨਾਲ ਹੀ WhatsApp ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ 6 ਗੇਟ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਡਿਸਟ੍ਰਿਕਟ ਡਵੈਲਪਮੈਂਟ ਕਾਉਂਸਲਰਾਂ ਦੀਆਂ ਚੋਣਾਂ ਕਰਵਾਈਆਂ ਗਈਆਂ ਉਹਨਾਂ ਦੇ ਨਤੀਜੇ ਜਿਹੜੇ ਆਉਣੇ ਸ਼ੁਰੂ ਹੋ ਗਏ ਆ ਅਜੇ ਰੁਝਾਨ ਨੇ ਕੁਝ ਨਤੀਜੇ ਆ ਗਏ ਆ ਮੇਰਾ ਕੱਲ ਸ਼ਾਮ 4-5 ਵਜੇ ਤੱਕ ਸਾਰੇ ਨਤੀਜੇ ਜਿਹੜੇ ਆ ਐਲਾਨੇ ਜਾਣ ਦੀ ਪੋਸਿਬਿਲਿਟੀ ਆ ਉਹਦੇ ਵਿੱਚ ਇਹ ਆ ਵੀ ਜਿਹੜਾ ਗੁਪਕਾਰ ਅਲਾਈਅੰਸ ਆ ਉਹ ਲੀਡ ਕਰ ਰਿਹਾ ਹੈ ਭਾਜਪਾ ਦੂਜੇ ਨੰਬਰ ਤੇ ਕਾਂਗਰਸ ਤੀਜੇ ਨੰਬਰ ਤੇ ਜੇ ਇਸ ਸਥਿਤੀ ਦੇ ਵਿੱਚ ਦੇਖੇ ਤੇ ਜਿਹੜੇ ਆਜ਼ਾਦ ਨੇ ਅੰਨੇ ਜੋਨ ਨੂੰ ਕਹਿ ਦਿੰਦੇ ਆ ਉਹਦੇ ਵਿੱਚ ਉਹ ਦੂਜੇ ਨੰਬਰ ਤੇ ਹੁੰਦੇ ਗੁਪਕਰ ਅਲਾਈਅੰਸ ਪਹਿਲੇ ਨੰਬਰ ਤੇ ਤੇ ਦੂਜੇ ਦੇ ਵਿੱਚ ਆਜ਼ਾਦ ਜਾਂ ਅੰਨਿਆ ਜਿਹੜੇ ਉਹ ਆ ਰਹੇ ਇਹਨਾਂ ਚੋਣਾਂ ਦੇ ਨਤੀਜੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜੰਮੂ ਸਾਹਿਬ ਇਹਦੀ ਹਿਸਟਰੀ ਜਿਹੜੀ ਆ ਉਸ ਵੇਲੇ ਦੇ ਨਾਲ ਜੁੜੀ ਹੋਈ ਆ ਜਦੋਂ 370 ਧਾਰਾ ਜਿਹੜੀ ਉਹ ਖਤਮ ਕੀਤੀ ਗਈ 35ਏ ਜਿਹੜਾ ਖਤਮ ਕੀਤਾ ਗਿਆ ਔਰ ਉਹਦਾ ਸਟੇਟ ਦਾ ਰੁਤਬਾ ਜਿਹੜਾ ਸੀ ਉਹ ਜੰਮੂ ਕਸ਼ਮੀਰ ਦਾ ਤੋੜ ਕੇ ਪਹਿਲਾਂ ਉਹਨੂੰ ਦਫਾੜ ਕੀਤਾ ਗਿਆ ਲਦਾਖ ਰੀਜਨ ਜਿਹੜਾ ਵਾ ਬਣਾਇਆ ਗਿਆ ਫਿਰ ਜਿਹੜਾ ਵਾ ਉਹਨੂੰ ਉਹਦਾ ਜਿਹੜਾ ਰਾਜ ਦਾ ਦਰਜਾ ਸੀ ਸੂਬੇ ਦਾ ਦਰਜਾ ਖਤਮ ਕਰਕੇ ਉਹਨੂੰ ਯੂਨੀਅਟ ਟੈਰੀਟਰੀ ਦੋਨਾਂ ਨੂੰ ਜਿਹੜਾ ਬਣਾ ਕੇ ਸਿੱਧਾ ਕੇਂਦਰ ਦੇ ਜਿਹੜਾ ਵਾ ਉਹ ਥੱਲੇ ਲਿਆਂਦਾ ਗਿਆ ਉਹਦੀਆਂ ਪਾਵਰ ਜਿਹੜੀਆਂ ਉਹਨਾਂ ਦੀਆਂ ਮਿਲੀਆਂ ਸੀ ਬੜੇ ਲੰਮੇ ਸਮੇਂ ਤੋਂ ਉਹ ਖੋਈਆਂ ਗਈਆਂ ਇਹਨਾਂ ਹਾਲਤਾਂ ਦੇ ਵਿੱਚ ਇਹ ਜਿਹੜੀਆਂ ਚੋਣਾਂ ਹੋਈਆਂ ਔਰ ਜਦੋਂ ਚੋਣਾਂ ਸ਼ੁਰੂ ਹੋਈਆਂ ਉਦੋਂ ਜਿਹੜਾ ਉਹ ਮੁਫਤੀ ਮਹਿਬੂਬਾ ਨੇ ਤੇ ਕੁਝ ਆਗੂਆਂ ਨੇ ਐਲਾਨ ਕਰਤਾ ਸੀ ਕਿ ਅਸੀਂ ਜਿਹੜਾ ਕੋਈ ਇਲੈਕਸ਼ਨ ਨਹੀਂ ਲੜਾਂਗੇ ਜਦੋਂ ਉਹਨਾਂ ਐਲਾਨ ਕਰਤਾ ਕਿ ਕੋਈ ਇਲੈਕਸ਼ਨ ਨਹੀਂ ਲੜਾਂਗੇ ਤਾਂ ਭਾਜਪਾ ਨੂੰ ਇਹ ਲੱਗ ਰਿਹਾ ਸੀ ਕਿ ਲੈ ਸਾਨੂੰ ਤਾਂ ਮੈਦਾਨ ਜਿਹੜਾ ਵਾ ਉਹ ਖੁੱਲਾ ਮਿਲ ਗਿਆ ਜੇ ਇਹ ਨਹੀਂ ਹੋਣਗੇ ਤੇ ਸਾਡੇ ਕੈਂਡੀਡੇਟ ਜਿਹੜੇ ਆ ਉਹ ਸਾਰੇ ਜੰਮੂ ਕਸ਼ਮੀਰ ਦੇ ਵਿੱਚ ਹੋਣਗੇ ਚਾਹੇ ਅਸੀਂ ਦਸਾਂ ਵੋਟਾਂ ਨਾਲ ਜਿੱਤੀਏ ਚਾਹੇ ਇੱਕ ਵੋਟ ਕੈਂਡੀਡੇਟ ਦੀ ਪਵੇ ਹੋਰ ਇੱਕ ਵੀ ਜਿਹੜੀ ਉੱਥੇ ਪੋਲ ਨਾ ਹੋਵੇ ਚਾਹੇ ਉਹਦੇ ਨਾਲ ਜਿੱਤੀਏ ਤੇ ਅਸੀਂ ਜਿਹੜਾ ਖੁੱਲੇ ਆਮ ਕਹਾਂਗੇ ਕਿ ਦੇਖੋ ਬੀਜੇਪੀ ਦੀ ਜਿਹੜੀਆਂ ਨੀਤੀਆਂ ਸੀ ਉਹ ਬਿਲਕੁਲ ਠੀਕ ਸੀ ਲੋਕਾਂ ਨੇ ਜਿਹੜਾ ਉਹਨੂੰ ਸਪੋਰਟ ਕੀਤਾ ਇਹ ਜਿਹੜੀਆਂ ਡਿਸਟ੍ਰਿਕਟ ਡਵੈਲਪਮੈਂਟ ਕਾਉਂਸਲ ਆ ਉਹਦੇ ਵਿੱਚ ਐਡੀ ਵੱਡੀ ਗਿਣਤੀ ਜਿਹੜੀ ਆ ਉਹ ਹੋ ਗਈ ਪਰ ਜਿਹੜਾ ਵਾ ਮੁਫਤੀ ਮਹਿਬੂਬਾ ਨੇ ਤੇ ਬਾਕੀ ਜਿਹੜੇ ਆਗੂ ਪੁਰਾਣੇ ਫਰੂਖ ਅਬਦੁੱਲਾ ਉਹਦਾ ਮੁੰਡਾ ਜਿਹੜਾ ਅਮਰ ਅਬਦੁੱਲਾ ਜਿਹੜਾ ਇਹ ਲਾਇਅੰਸ ਜਿਹੜਾ ਉਹਨਾਂ ਨੇ ਸਿਆਣਮ ਕਰਕੇ ਬਣਾਇਆ ਉਹਨੇ ਕਲੀਅਰਲੀ ਜਿਹੜਾ ਇਹ ਬੀਜੇਪੀ ਦੇ ਖਿਲਾਫ ਫਤਵਾ ਜੰਮੂ ਸਾਹਿਬ ਬਿਲਕੁਲ ਬੀਜੇਪੀ ਦੀਆਂ ਨੀਤੀਆਂ ਦੇ ਖਿਲਾਫ ਜਿਹੜੀ ਇਹ ਸਰੱਜ ਦੇ ਵਿੱਚ ਦੇ ਸੂਬੇ ਦੇ ਵਿੱਚ ਜੋ ਕੀਤੇ ਨੇ ਕੰਮ ਉਹਨਾਂ ਦੇ ਖਿਲਾਫ ਇੱਕ ਫਤਵਾ ਕਿ ਇਹ ਜਿਹੜਾ ਵਾ ਤੁਸੀਂ ਗਲਤ ਕੀਤਾ ਲੋਕਾਂ ਦੇ ਜਿਹੜੇ ਹੱਕ ਜਿਹੜੇ ਆ ਉਹ ਖੋਏ ਸਟੇਟ ਦੇ ਜਿਹੜੇ ਹੱਕ ਆ ਉਹ ਖੋ ਕੇ ਤੁਸੀਂ ਸਿੱਧਾ ਆਪਣਾ ਰਾਜ ਉੱਥੇ ਯੂਨਿਟ ਟੈਰੀਟਰੀ ਦੇ ਤੌਰ ਤੇ ਸਥਾਪਿਤ ਕਰ ਰਹੇ ਹੋ ਔਰ ਇਹ ਬੜੀ ਸਫਲਤਾ ਮਿਲੀ ਹੈ ਜੇ ਤੁਸੀਂ ਜੰਮੂ ਸਾਹਿਬ ਉਹਦਾ ਜਿਹੜੀ ਡਿਟੇਲ ਆਪਾਂ ਦੇਖੀ ਹੈ ਨਾ ਤੇ ਉਹਦੇ ਵਿੱਚੋਂ ਜਿਹੜੀਆਂ ਬੀਜੇਪੀ ਨੂੰ 44 ਸੀਟਾਂ ਮਿਲ ਰਹੀਆਂ ਨੇ ਉਹਨਾਂ ਦੇ ਵਿੱਚੋਂ 41 ਸੀਟਾਂ ਜਿਹੜੀਆਂ ਹੁਣ ਤੱਕ ਐ ਘਟਵਾਦ ਸਕਦੀਆਂ ਪਰ ਰੁਝਾਨ ਬਹੁਤ ਵੱਡਾ ਜਿਹੜਾ ਉਹ ਬਦਲ ਨਹੀਂ ਸਕਦਾ ਉਹਦੇ ਚੋਂ 41 ਸੀਟਾਂ ਸਿਰਫ ਜਿਹੜਾ ਉਹ ਜੰਮੂ ਰੀਜਨ ਦੇ ਵਿੱਚੋਂ ਔਰ ਬਾਕੀ ਸਾਰੇ ਕਸ਼ਮੀਰ ਦੇ ਵਿੱਚੋਂ ਤਿੰਨ ਸੀਟਾਂ ਜਿਹੜੀਆਂ ਉਹਨਾਂ ਦੀਆਂ ਆ ਰਹੀਆਂ ਨੇ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਅਲਾਈਅੰਸ ਹੈ ਅਲਾਈਅੰਸ ਦੇ ਵਿੱਚ ਜਿਹੜਾ ਉਹ ਬਾਕੀ ਨੂੰ ਛੱਡ ਕੇ 20 ਤੇ ਉੱਪਰ ਸੀਟਾਂ ਜਿਹੜੀਆਂ ਵਾ ਉਹ ਜੰਮੂ ਰੀਜਨ ਦੇ ਵਿੱਚ ਵੀ ਤੇ ਬਾਕੀਆਂ ਦੇ ਵਿੱਚ ਜਿਹੜੀਆਂ ਅਜੇ ਦਿਸ ਰਹੀਆਂ ਨੇ ਐਸ ਕਰਕੇ ਇਹ ਜਿਹੜਾ ਉਹਨਾਂ ਦਾ ਇੱਕ ਤਰੀਕਾ ਸੀ ਕਿ ਅਸੀਂ ਜਿਹੜਾ ਲੋਕਾਂ ਨੂੰ ਇਹ ਦੱਸਾਂਗੇ ਵੇਖੋ ਸਾਰੇ ਲੋਕ ਜਿਹੜੇ ਸਾਡੇ ਨਾਲ ਇਹ ਜਿਹੜਾ ਅਸੀਂ ਜੰਮੂ ਕਸ਼ਮੀਰ ਨੂੰ ਜਿਹੜਾ ਦੁਫਾੜ ਕਰਤਾ ਯੂਨੀਅਨ ਟੈਰੀਟਰੀ ਬਣਾਤੀ ਲੋਕਾਂ ਨੇ ਸਾਨੂੰ ਸਪੋਰਟ ਕੀਤਾ ਉਹ ਜਿਹੜੀ ਸ਼ਰਜਤ ਸੀ ਉਹ ਇਹਨਾਂ ਦੀ ਜਿਹੜੀ ਕੰਮ ਇਹਨਾਂ ਨੇ ਕੀਤਾ ਉਹਦੀ ਅਸਫਲਤਾ ਹੈ ਔਰ ਲੋਕਾਂ ਨੇ ਆਪਣਾ ਮੈਂਡੇਟ ਜਿਹੜਾ ਵਾ ਉਹ ਜਿਹੜੇ ਜੰਮੂ ਕਸ਼ਮੀਰ ਦੇ ਹਿੱਤਾਂ ਦੇ ਲਈ ਲੜਨ ਵਾਲੇ ਲੋਕ ਨੇ ਜਿਹੜੇ ਉਸ ਸਟੈਂਡ ਨੂੰ ਜਿਹੜਾ ਡਟ ਕੇ ਖੜੇ ਆ ਕਿ ਜੰਮੂ ਕਸ਼ਮੀਰ ਇੰਡੀਆ ਦਾ हिस्ਸਾ ਪਰ ਜਿਹੜਾ ਵਾ ਐਸ ਨੂੰ ਜਿਹੜੀਆਂ ਸਪੈਸ਼ਲ ਪਾਵਰ 370 ਦੀਆਂ ਇੱਕ ਇਤਿਹਾਸਿਕ ਸੰਦਰਭ ਦੇ ਵਿੱਚ ਦਿੱਤੀਆਂ ਗਈਆਂ ਸੀ ਉਹ ਖੋਣੀਆਂ ਬਿਲਕੁਲ ਕੋਈ ਜਿਹੜਾ ਵਾ ਉਹ ਜਸਟੀਫਾਈ ਨਹੀਂ ਹੈ ਜਦੋਂ ਅਸੈਂਬਲੀ ਜਿਹੜੀ ਪੰਗ ਹੋ ਚੁੱਕੀ ਤਾਂ ਗਵਰਨਰ ਨੂੰ ਜਿਹੜਾ ਵਾ ਉਹ ਐਜ਼ ਜਿਹੜਾ ਕਸਟੋਡੀਅਨ ਬਣਾ ਕੇ ਤੇ ਇਹ ਕਰਤਾ ਕਿ ਜਿਹੜਾ ਗਵਰਨਰ ਹੈ ਜਿਹੜਾ ਸੈਂਟਰ ਨੇ ਅਪਾਇੰਟ ਕੀਤਾ ਹੋਇਆ ਦੇਖੋ ਇਹ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਉਹਨੇ ਇਹਨੂੰ ਇਨਡੋਰਸ ਕੀਤਾ ਇਸ ਕਰਕੇ ਲੋਕਾਂ ਦਾ ਜਿਹੜਾ ਮੰਡਟ ਹੈ ਤਾਂ ਅਸੀਂ ਇਹ ਕਾਨੂੰਨ ਬਣਾਇਆ ਉਹ ਸਾਰਾ ਕੁਝ ਜਿਹੜਾ ਵਾ ਉਹ ਨੰਗਾ ਹੋਇਆ ਔਰ ਚਾਹੀਦਾ ਇਹ ਹੈ ਕਿ ਇਸ ਸਮੱਸਿਆ ਦਾ ਲੰਬੇ ਸਮੇਂ ਤੱਕ ਲਾਸਟਿੰਗ ਜਿਹੜਾ ਸੋਲੂਸ਼ਨ ਹੈ ਇੱਕ ਪੋਲੀਟੀਕਲ ਸੋਲੂਸ਼ਨ ਜਿਹੜਾ ਇੱਕ ਸਿਆਸੀ ਜਿਹੜਾ ਹੱਲ ਹੈ ਉਹ ਕੀਤਾ ਜਾਵੇ ਜਿਹੜੀ ਇੱਕ ਐਲੀਨੇਸ਼ਨ ਵਧੀ ਵਧੀ ਹੈ ਉਸ ਨੂੰ ਜਿਹੜਾ ਘਟਾ ਕੇ ਲੋਕਾਂ ਨੂੰ ਲੱਗੇ ਕਿ ਹਾਂ ਵਾਕਈ ਜਿਹੜੇ ਅਸੀਂ ਵੀ ਇੰਡੀਆ ਦਾ ਪਾਰਟ ਹੈ ਤੇ ਇਸ ਤਰ੍ਹਾਂ ਦੀਆਂ ਨੀਤੀਆਂ ਜਿਹੜੀਆਂ ਸਾਰੇ ਸਟੇਕ ਹোল্ডার ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਜਿਹੜਾ ਵਾ ਇਸ ਤਰ੍ਹਾਂ ਦੀ ਕੋਈ ਕਦਮ ਪੁੱਟੇ ਜਾਣ ਜਿਵੇਂ ਅਸੀਂ ਕਿਸਾਨਾਂ ਦੇ ਮਾਮਲੇ 'ਚ ਵੀ ਕਹਿੰਦੇ ਆ ਕਿ ਤੁਸੀਂ ਇਹੋ ਜਿਹੇ ਕਾਲੇ ਕਾਨੂੰਨ ਬਣਾ ਲੈ ਬਿਨਾ ਇੱਕ ਵੀ ਸਟੇਕ ਹোল্ডার ਨੂੰ ਕੰਸਲਟ ਕੀਤਿਆਂ ਉਹਨਾਂ ਨਾਲ ਗੱਲ ਕੀਤਿਆਂ ਕਾਲੀ ਦੇ ਵਿੱਚ ਆਰਡੀਨੈਂਸ ਪਾਸ ਕਰਾ ਤੇ ਰਾਜ ਸਭਾ 'ਚ ਦਬਾ ਦਬ ਜਿਹੜਾ ਵਾ ਬਿਲਕੁਲ ਗੈਰਕਾਨੂੰਨੀ तरीके ਨਾਲ ਤੁਸੀਂ ਪਾਸ ਕਰਾ ਲੇ ਇਹ ਤਰੀਕਾ ਜਿਹੜਾ ਵਾ ਇੱਕ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਦੇ ਵਿੱਚ ਜਮਹੂਰੀਅਤ ਨਹੀਂ ਚੱਲਦਾ ਜ਼ਰੂਰੀ ਇਹ ਹੈ ਕਿ ਡੈਮੋਕ੍ਰੇਸੀ ਦਾ ਜਿਹੜਾ ਬੇਸਿਕ ਫਾਊਂਡੇਸ਼ਨ ਹੈ ਕਿ ਸਾਰੇ ਸਟੇਕ ਹੇਲਡਰਜ਼ ਨਾਲ ਗੱਲ ਕਰਕੇ ਇੱਕ ਸਹਿਮਤੀ ਬਣਾ ਕੇ ਕੰਸੈਂਸਸ ਬਣਾ ਕੇ ਸਟੈਪ ਚੁੱਕੇ ਜਾਣ ਜਿਹੜੇ ਜਿਹਦੇ ਉੱਤੇ ਲੋਕ ਜਿਹੜਾ ਵਾ ਉਹ ਇਤਰਾਜ਼ ਨਾ ਕਰਨ ਤੇ ਲੋਕਾਂ ਦੇ ਹੱਕ ਦੇ ਵਿੱਚ ਬਟ ਸਾਬ ਇਹ ਚੋਣਾਂ ਲਗਭਗ ਕਾਫੀ ਪੀਸਫੁੱਲ ਹੀ ਹੋ ਗਈਆਂ ਇੱਕ ਤਰ੍ਹਾਂ ਨਾਲ ਭਾਵੇਂ ਇਹ ਜ਼ਰੂਰ ਹੋਵੇ ਸ਼ੇਰੀਨਗਰ ਰੀਜਨ ਦੇ ਵਿੱਚ ਜਿਹੜਾ ਉੱਥੇ ਬਹੁਤ ਘੱਟ ਵੋਟਾਂ ਪਈਆਂ ਜੰਮੂ ਵਿੱਚ ਜ਼ਿਆਦਾ ਪਈਆਂ ਖੈਰ ਇਸ ਤੋਂ ਤੁਹਾਨੂੰ ਲੱਗਦਾ ਵੀ ਇਹ ਕੇਂਦਰ ਸਰਕਾਰ ਹੋਣੋਂ ਤੇ ਵਿਧਾਨ ਸਭਾ ਚੋਣਾਂ ਵੀ ਕਰਾਉਣ ਜਾ ਸਕਦੀ ਹੈ ਦੇਖੋ ਜੀ ਅਜੇ ਉਹਨਾਂ ਦੇ ਕੀ ਦਿਲ ਦੇ ਵਿੱਚ ਆ ਇਹ ਅਜੇ ਮਤਲਬ ਪਤਾ ਨਹੀਂ ਲੱਗਦਾ ਜਿੱਥੋਂ ਤੱਕ ਵੋਟਾਂ ਦੀ ਪਰਸੈਂਟੇਜ ਹੈ ਉਹ ਇੱਕ ਜੰਮੂ ਕਸ਼ਮੀਰ ਦਾ ਇੱਕ ਇਤਿਹਾਸ ਰਿਹਾ ਹੈ ਉਹਦੇ ਵਿੱਚ ਕਦੇ ਕਿਤੇ ਵੱਧ ਪੈ ਜਾਂਦੀਆਂ ਕਦੇ ਕਿਤੇ ਘੱਟ ਪੈ ਜਾਂਦੀਆਂ ਜਿਹੋ ਜਿਹਾ ਪੋਲਿਟੀਕਲ ਐਟਮਾਸਫੀਅਰ ਆ ਉਹ ਹਮੇਸ਼ਾ ਇੱਕ ਹਿਸਟਰੀ ਆ ਉਹਦੇ ਵਿੱਚ ਘਾਟਾ ਵੱਧ ਦਾ ਜਿਹੜਾ ਉਹ ਆਉਂਦਾ ਰਹਿੰਦਾ ਪਰ ਫਿਰ ਵੀ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਇੱਕ ਜਿਹੜਾ ਪੋਲੀਟੀਕਲ ਪ੍ਰੋਸੈਸ ਸ਼ੁਰੂ ਹੋਇਆ ਚਾਹੇ ਡਿਸਟ੍ਰਿਕਟ ਡਵੈਲਪਮੈਂਟ ਕੌਂਸਲ ਦੀਆਂ ਇਲੈਕਸ਼ਨਾਂ ਨਾਲ ਸ਼ੁਰੂ ਹੋਇਆ ਇਹਨੂੰ ਹੋਰ ਅੱਗੇ ਲੈ ਜਾਣ ਦੀ ਲੋੜ ਹੈ ਤੇ ਰੀਅਲ ਪੀਪਲਜ਼ ਰਿਪਰੈਜੈਂਟੇਸ਼ਨ ਜਿਹੜੀ ਆ ਉਹ ਹੋਵੇ ਤਾਂ ਕਿ ਲੋਕ ਜਿਹੜੇ ਆ ਆਪਣੇ ਚੁਣੇ ਹੋਏ ਨਮਾਇਦਿਆਂ ਦੇ ਥਰੂ ਜਿਹੜਾ ਵਾ ਉਹ ਗਵਰਨਮੈਂਟ ਚਲਾ ਸਕਣ ਉਥੋਂ ਦੇ ਜਿਹੜਾ ਸਟੇਟ ਹੈ ਉਹਦੀ ਪ੍ਰੋਗਰੈਸ ਹੋਵੇ ਉਹਦੀ ਡਿਵੈਲਪਮੈਂਟ ਹੋਵੇ ਐਸ ਪਾਸੇ ਵੱਲ ਨੂੰ ਜਿਹੜੇ ਕਦਮ ਹੈ ਉਹ ਚੁੱਕੇ ਜਾਣੇ ਚਾਹੀਦੇ ਆ ਤੇ ਇਹ ਬੈਨੀਫੀਸ਼ੀਅਲ ਹੋਣਗੇ ਇਹ ਨਾਲ ਇਹ ਜ਼ਰੂਰੀ ਹੈ ਕਿ ਸਾਰੇ ਸਟੇਕ ਹੇਲਡਰਜ਼ ਨੂੰ ਸਾਰੀਆਂ ਧਿਰਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਗੱਲਬਾਤ ਕੀਤੀ ਜਾਵੇ ਤਾਂ ਹੀ ਇਹ ਜਿਹੜੀ ਹੈ ਸਹੀ ਉਥੇ ਸ਼ਾਂਤੀ ਅਮਨ ਔਰ ਜਿਹੜੀ ਪ੍ਰੋਗਰੈਸ ਹੈ ਉਹ ਸੂਬੇ ਦੇ ਵਿੱਚ ਹੋ ਸਕਦੀ ਇਸ ਦੇ ਨਾਲ ਹੀ ਉਹਨਾਂ ਦਾ ਡਿਊਟੀ ਦੇ ਥਾਂ ਤੇ ਉਹਨਾਂ ਨੂੰ ਆਪਣਾ ਸਟੇਟ ਹੋਟ ਦਾ ਪੂਰਾ ਰਾਜ ਦਾ ਦਰਜਾ ਤਾਂ ਮਿਲਣਾ ਚਾਹੀਦਾ ਨਾ ਜਿਹੜੇ ਡਿਊਟੀ ਵਾਲਾ ਕੰਮ ਤਾਂ ਹੁਣ ਇਦਾਂ ਚੋਣਾਂ ਤੋਂ ਬਾਅਦ ਖਤਮ ਹੋਣਾ ਚਾਹੀਦਾ ਮੈਂ ਤੇ ਜੰਮੂ ਸਾਹਿਬ ਤੁਹਾਨੂੰ ਪਹਿਲਾਂ ਹੀ ਸ਼ੁਰੂ ਹੀ ਇਸ ਗੱਲ ਤੋਂ ਕੀਤਾ ਸੀ ਕਿ ਇਹ ਬਿਲਕੁਲ ਇੱਕ ਗੈਰ ਵਿਧਾਨਕ ਅਨ ਕਨਸਟੀਟਿਊਸ਼ਨਲ ਜਿਹੜਾ ਡਿਸੀਜਨ ਹੈ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਕੀਤਾ ਹੈ ਇਹੋ ਜਿਹਾ ਮਤਲਬ ਕਦੇ ਨਾ ਸੁਣਿਆ ਨਾ ਕਿਤੇ ਵੇਖਿਆ ਤੁਸੀਂ ਹੁਣ ਵੇਖੋ ਕਿ ਚੰਡੀਗੜ੍ਹ ਜਿਹੜਾ ਇੱਕ ਯੂਟੀ ਟੈਰੀਟਰੀ ਇੱਕ ਛੋਟਾ ਜਿਹਾ ਸ਼ਹਿਰ ਹੈ ਜਿੱਥੇ 7 8 10 ਲੱਖ ਲੋਕ ਜਿਹੜੇ ਆ ਉਹ ਰਹਿ ਠੀਕੇ ਦਾ ਕਿ ਹਿਸਟੋਰੀਕਲ ਪਰਸਪੈਕਟਿਵ ਸੀ ਭਾਵੇਂ ਉਹਨੂੰ ਵੀ ਅਸੀਂ ਜਸਟੀਫਾਈ ਨਹੀਂ ਕਰਦੇ ਕਿ ਪੰਜਾਬ ਦਾ ਹਿੱਸਾ ਸੀ ਪੰਜਾਬ ਦੇ ਵਿੱਚ ਬਣਿਆ ਸੀ ਪੰਜਾਬ ਨੂੰ ਜਾਣਾ ਚਾਹੀਦਾ ਸੀ ਪਰ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਤਾਂ ਕੋਈ ਇਹੋ ਜਿਹਾ ਕਾਰਨ ਹੀ ਨਹੀਂ ਸੀ ਹੈ ਕਿ ਤੁਸੀਂ ਉੱਥੇ ਯੂਟੀ ਬਣਾਓ ਉੱਥੇ ਤਾਂ ਜਿਹੜੀ ਇਹੋ ਜਿਹਾ ਸੂਬਾ ਸੀ ਜਿਹਦਾ ਆਪਣਾ ਝੰਡਾ ਸੀ ਜਿਹਦਾ ਆਪਣਾ ਵਿਧਾਨ ਸੀ ਜਿਹਦੇ ਆਪਣੇ ਕਾਨੂੰਨ ਸੀ ਉਹ ਸੂਬੇ ਦੇ ਵਿੱਚ ਉਹਨਾਂ ਨੂੰ ਵੱਧ ਅਧਿਕਾਰ ਸੀ ਬਾਕੀ ਸੂਬਿਆਂ ਦੇ ਨਾਲੋਂ ਔਰ ਉਹ ਸਾਰੇ ਅਧਿਕਾਰ ਤੁਸੀਂ ਖੋਹ ਕੇ ਜਿਹੜੀ ਚੀਜ਼ ਦਿੱਤੀ ਹੋਈ ਆ ਜਦੋਂ ਚੀਜ਼ ਉਹ ਖੋਹੋਗੇ ਤਾਂ ਨੈਚੁਰਲੀ ਆ ਕੇ ਗੁੱਸਾ ਜਿਹੜਾ ਲੋਕਾਂ ਨੂੰ ਆਏਗਾ ਤੇ ਬਿਲਕੁਲ ਕਿਸੇ ਤਰ੍ਹਾਂ ਵੀ ਜਸਟੀਫਾਈਡ ਨਹੀਂ ਹੈ ਕਿ ਤੁਸੀਂ ਜਿਹੜਾ ਯੂਨੀਅਨ ਟੈਰੀਟਰੀ ਬਣਾ ਲਓ ਇੱਕ ਸਟੇਟ ਦਾ ਦਰਜਾ ਇੱਕ ਹੋਰ ਚੀਜ਼ ਹੈ ਈਵਨ ਦਿੱਲੀ ਜਿਹੜਾ ਇੱਕ ਰਾਜ ਹੈ ਸਵਾਇਪੁੱਲਸ ਤੋਂ ਜਿਹੜਾ ਉੱਥੇ ਨਹੀਂ ਹੈ ਜਿਹੜਾ ਕਿ ਬਿਲਕੁਲ ਕੈਪੀਟਲ ਦੇ ਵਿੱਚ ਜਿਹੜਾ ਵਾ ਮਤਲਬ ਜਿੱਥੇ ਸੈਂਟਰ ਦੀ ਗਵਰਨਮੈਂਟ ਹੈ ਉੱਥੇ ਬਦਲ ਦਿੱਲੀ ਜਿਹੜੀ ਹੈ ਉੱਥੇ ਰਾਜ ਜਿਹੜਾ ਉਹਨੂੰ ਸਟੇਟ ਦਾ ਦਰਜਾ ਜਿਹੜਾ ਦਿੱਤਾ ਭਾਵੇਂ ਕੰਪਲੀਟ ਨਹੀਂ ਹੈ ਪਰ ਇੱਥੇ ਦਾ ਖੋਣਾ ਮਤਲਬ ਜਿਹਨੂੰ ਪਹਿਲਾਂ ਹੀ ਮਿਲਿਆ ਹੋਇਆ ਉਹਨੂੰ ਦੇਣਾ ਤਾਂ ਵੱਧ ਗਿਆ ਉਹਨੂੰ ਖੋਣਾ ਤੇ ਇਹ ਇੱਕ ਤਾਂ ਬਹੁਤ ਜਿਹੜੀ ਮਤਲਬ ਨਾ ਪੱਖੀ ਜਿਹੜੀ ਚੀਜ਼ ਹੈ ਔਰ ਇਹਨੂੰ ਸੈਂਟਰ ਨੂੰ ਚਾਹੀਦਾ ਹੈ ਕਿ ਸਭ ਨਾਲ ਗੱਲ ਕਰਕੇ ਜਿੰਨੀ ਤੋਂ ਜਿੰਨੀ ਜਲਦੀ ਹੋਵੇ ਉਹ ਰিস্টੋਰ ਕੀਤਾ ਜਾਵੇ ਜੰਮੂ ਕਸ਼ਮੀਰ ਜਿਹੜੀ ਉਹਨਾਂ ਦੀ ਯੂਨਿਟੀ ਲਦਾਖ ਦੇ ਨਾਲ ਇਕੱਠਾ ਸੂਬਾ ਸੀ ਉਸ ਨੂੰ ਉਸ ਰੂਪ ਦੇ ਵਿੱਚ ਰিস্টੋਰ ਕਰਕੇ ਬਹਾਲ ਕਰਕੇ ਤੇ ਅੱਗੇ ਚੋਣਾ ਜਿਹੜੀਆਂ ਕਰਾਈਆਂ ਜਾਣ ਫਿਰ ਦਰਸ਼ਕੋ ਇੱਥੇ ਸਾਡੇ ਇਸ ਸ਼ੋਅ ਦਾ ਸਮਾਪਤ ਹੁੰਦਾ ਅਸੀਂ ਬਾਟ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ